ਪੰਜਾਬ ਦੇ ਕਰੀਬ ਹਰ ਪਿੰਡ ਵਿੱਚ ਸ਼ਰਾਬ ਦਾ ਠੇਕਾ ਹੈ। ਪਿੰਡਾਂ 'ਚ ਸਕੂਲ ਲੇਟ ਖੁੱਲ੍ਹਦੇ ਨੇ, ਪਰ ਸ਼ਰਾਬ ਦਾ ਠੇਕਾ ਪਹਿਲਾਂ ਖੁੱਲ੍ਹ ਜਾਂਦਾ ਹੈ। ਇਸ ਦੇ ਉਲਟ ਅੱਜ ਤੁਹਾਨੂੰ ਇੱਕ ਅਜਿਹੇ ਠੇਕੇ 'ਤੇ ਲਿਜਾ ਰਹੇ ਹਾਂ ਜਿੱਥੇ ਨੌਜਵਾਨ ਮੁੰਡੇ ਹੀ ਨਹੀਂ, ਕੁੜੀਆਂ ਵੀ ਜਾਂਦੀਆਂ ਨੇ। ਹਰ ਉਮਰ ਵਰਗ ਦੇ ਲੋਕ ਇਸ ਠੇਕੇ 'ਤੇ ਗੇੜਾ ਮਾਰਦੇ ਨੇ। ਇਹ ਠੇਕਾ ਹੈ ਕਿਤਾਬਾਂ ਦਾ। ਇੰਨੀ ਦਿਨੀ ਬਠਿੰਡਾ ਦੇ ਰਜਿੰਦਰਾ ਕਾਲਜ ਵਿੱਚ ਟੋਨੀ ਵਾਤਿਸ਼ ਯਾਦਗਾਰੀ ਮੇਲਾ ਚੱਲ ਰਿਹਾ ਹੈ। ਇਸ ਮੇਲੇ 'ਚ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਵੀ ਲੱਗੀਆਂ ਨੇ ਅਤੇ ਨਾਟਕ ਵੀ ਖੇਡੇ ਜਾ ਰਹੇ ਨੇ। ਇਸ ਮੇਲੇ ਦੇ ਵਿੱਚ ਦਰਸ਼ਕਾਂ ਨੂੰ ਜੋ ਜ਼ਿਆਦਾ ਖਿੱਚ ਦਾ ਕੇਂਦਰ ਬਣਿਆ ਹੋਇਆ ਉਹ ਸ਼ਰਾਬ ਦਾ ਠੇਕਾ ਨਹੀਂ, ਕਿਤਾਬਾਂ ਦਾ ਠੇਕਾ ਹੈ। ਇੱਕ ਥਾਂ 'ਤੇ ਹੀ ਨਹੀਂ ਲੱਗਦਾ ਇਹ ਠੇਕਾ, ਸਗੋਂ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਜਾਂਦਾ ਹੈ। ਠੇਕੇ ਦੇ ਸੰਚਾਲਕ ਨੇ ਬਰਜਿੰਦਰਾ ਕਾਲਜ ਫਰੀਦਕੋਟ ਦੇ ਦੋ ਵਿਦਿਆਰਥੀ ਬਲਪ੍ਰੀਤ ਸਿੰਘ ਫੇਰੋਕੇ ਅਤੇ ਪ੍ਰਗਟ ਸਿੰਘ ਡੱਲੇਵਾਲਾ। ਇਸ ਠੇਕੇ ਬਾਰੇ ਜ਼ਿਆਦਾ ਜਾਣਕਾਰੀ ਲਈ ਅਸੀਂ ਬਲਪ੍ਰੀਤ ਸਿੰਘ ਨਾਲ ਜੋ ਗੱਲਬਾਤ ਕੀਤੀ ਹੈ ਉਹ ਤੁਸੀਂ ਵੀ ਸੁਣੋ। ਇਹਦਾ ਜੀ ਜਦੋਂ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਤਾਂ ਬਹੁਤ ਚਾਰੇ ਪਾਸੇ ਇਹ ਸਾਨੂੰ ਸੁਣਨ ਨੂੰ ਮਿਲਦਾ ਕਿ ਪੰਜਾਬ ਦੇ ਨੌਜਵਾਨ ਨਸ਼ੇ ਬਹੁਤ ਕਰਦੇ ਆ ਜੀ, ਪੰਜਾਬ ਦੇ ਵਿੱਚ ਨਸ਼ੇ ਬਹੁਤ ਫਿਰ ਰਹੇ ਆ। ਉਸਨੂੰ ਲੱਗਦਾ ਕਿ ਸਿਰਫ ਨਾ ਪੱਖੀ ਗੱਲ ਕਰਨ ਦੀ ਬਜਾਏ ਉਹਦਾ ਕੁਛ ਬਦਲ ਵੀ ਸਾਨੂੰ ਪੇਸ਼ ਕਰਨਾ ਚਾਹੀਦਾ। ਅਸੀਂ ਫਿਰ ਸੋਚਿਆ ਜੇ ਨੌਜਵਾਨਾਂ ਨੂੰ ਠੇਕੇ 'ਤੇ ਜਾਣਾ ਹੀ ਪਸੰਦ ਹੈ, ਜੇ ਨੌਜਵਾਨਾਂ ਨੂੰ ਨਸ਼ਾ ਹੀ ਪਸੰਦ ਹੈ ਤਾਂ ਫਿਰ ਉਹ ਨਸ਼ਾ ਗਿਆਨ ਦਾ ਕਿਉਂ ਨਹੀਂ ਹੋ ਸਕਦਾ? ਅਤੇ ਜੇ ਅਸੀਂ ਸੋਚਿਆ ਵੀ ਜੇ ਅੱਜ ਲੋਕਾਂ ਦੇ ਮਨ 'ਚ ਠੇਕਾ ਸ਼ਬਦ ਸੁਣ ਕੇ ਸ਼ਰਾਬ ਦੀ ਤਸਵੀਰ ਉੱਭਰ ਆਉਂਦੀ ਹੈ ਤਾਂ ਇਹੋ ਜਿਹਾ ਸੁਪਨਾ ਫਿਰ ਅਸੀਂ ਕਿਉਂ ਨਹੀਂ ਲੈ ਸਕਦੇ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜਦੋਂ ਪੰਜਾਬ ਦੇ ਲੋਕ ਠੇਕਾ ਸ਼ਬਦ ਸੁਣਨ ਅਤੇ ਨਾਲ ਦੇ ਨਾਲ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਕਿਤਾਬ ਦੀ ਵੀ ਇੱਕ ਤਸਵੀਰ ਬਣ ਜੇ? ਅਤੇ ਇਸੇ ਤਰ੍ਹਾਂ ਸਾਡਾ ਇਹ ਸੁਪਨਾ ਹੈ ਕਿ ਪੰਜਾਬ ਦੇ ਪਿੰਡ ਪਿੰਡ 'ਚ ਸ਼ਰਾਬ ਦੇ ਠੇਕੇ ਹੋ ਸਕਦੇ, ਫਿਰ ਕਿਤਾਬਾਂ ਦੇ ਠੇਕੇ ਕਿਉਂ ਨਹੀਂ ਹੋ ਸਕਦੇ? ਅਤੇ ਇਸੇ ਸੁਪਨੇ ਨੂੰ ਲੈ ਕੇ, ਇਸੇ ਮਿਸ਼ਨ ਨੂੰ ਲੈ ਕੇ ਅਸੀਂ ਪਿੰਡਾਂ ਦੇ ਵਿੱਚ ਪੁਸਤਕ ਮੇਲਿਆਂ ਦੇ ਵਿੱਚ ਹੋਰ ਮੇਲੇ ਜਿਹੜੇ ਹੁੰਦੇ ਨੇ, ਟੂਰਨਾਮੈਂਟ ਹੁੰਦੇ ਨੇ ਜਾਂ ਕਾਲਜਾਂ ਦੇ ਵਿੱਚ ਵਿੱਦਿਅਕ ਅਦਾਰੇ ਜਾਂ ਹੋਰ ਨੇ, ਉਹਨਾਂ ਸਾਰਿਆਂ ਦੇ ਵਿੱਚ ਇੱਕ ਕਿਤਾਬਾਂ ਵਾਲਾ ਸੁਨੇਹਾ ਲੈ ਕੇ ਜਾਂਦੇ ਹਾਂ ਕਿ ਨੌਜਵਾਨਾਂ ਨੂੰ ਆ ਜਿਹੜਾ ਗਿਆਨ ਦੀ ਲੋੜ ਚੜ੍ਹਾਉਣ ਦੀ ਲੋੜ ਆ, ਕਿਉਂਕਿ ਪੰਜਾਬ ਦੇ ਲੋਕ ਜੇ ਸ਼ਬਦ ਨੂੰ ਆਪਦਾ ਗੁਰੂ ਕਹਿੰਦੇ ਆ ਤਾਂ ਫਿਰ ਸ਼ਬਦ ਨੂੰ ਸਿਰਫ ਮੱਥਾ ਹੀ ਨਹੀਂ ਟੇਕਣਾ ਚਾਹੀਦਾ, ਸ਼ਬਦ ਨੂੰ ਮੱਥਿਆਂ 'ਚ ਵਸਾਉਣਾ ਚਾਹੀਦਾ, ਕਿਉਂਕਿ ਜਦੋਂ ਆਪਾਂ ਸ਼ਬਦ ਪੜ੍ਹਾਂਗੇ ਤਾਂ ਫਿਰ ਉਹਨੇ ਹੀ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਨਾ। ਅਤੇ ਇਹ ਜਿਹੜਾ ਕਿਤਾਬਾਂ ਵਾਲਾ ਅਤੇ ਗਿਆਨ ਹੈ ਇਹੀ ਜਿਹੜਾ ਸਾਨੂੰ ਇੱਕ ਨਵੀਂ ਸੇਧ ਜੀਵਨ ਲਈ ਦੇ ਸਕਦਾ। ਤੁਹਾਨੂੰ ਲੱਗਦਾ ਵੀ ਬਹੁਤ ਕੋਈ ਹੁਲਾਰਾ ਮਿਲ ਰਿਹਾ ਤੁਹਾਡੇ ਇਸ ਮਿਸ਼ਨ ਨੂੰ ਇਸ ਤਰ੍ਹਾਂ? ਜੀ, ਹੁਲਾਰਾ ਇਹਦੇ 'ਚ ਇਸ ਤਰ੍ਹਾਂ ਹੈ ਕਿ ਅਸੀਂ ਨੌਜਵਾਨਾਂ 'ਚ ਘੱਟੋ ਘੱਟ ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਅਸੀਂ ਪਹੁੰਚ ਕਰ ਰਹੇ ਹਾਂ, ਕਿਉਂਕਿ ਪਹੁੰਚ ਦੀ ਹੀ ਬਹੁਤ ਕਮੀ ਹੈ ਨੌਜਵਾਨਾਂ ਤੱਕ, ਕੋਈ ਪਹੁੰਚ ਬਦਲ ਪਹੁੰਚ ਹੀ ਨਹੀਂ ਰਿਹਾ ਉਹਨਾਂ ਕੋਲ। ਜੇ ਹੋਰ ਮਾੜੀਆਂ ਚੀਜ਼ਾਂ ਦੀ, ਮਾੜੀਆਂ ਆਦਤਾਂ ਦੀ ਇੰਨੀ ਅਵੇਲੇਬਿਲਟੀ ਹੈਗੀ ਹੈ ਕਿ ਉਹਨਾਂ ਨੂੰ ਬੜੀ ਆਸਾਨੀ ਨਾਲ ਪਹੁੰਚ ਜਾਏ, ਅਤੇ ਕਿਤਾਬਾਂ ਉਹਨਾਂ ਤੱਕ ਇੰਨੀ ਆਸਾਨੀ ਨਾਲ ਕਿਉਂ ਨਹੀਂ ਪਹੁੰਚਦੀਆਂ? ਤਾਂ ਜਿਵੇਂ ਜਿਵੇਂ ਹੀ ਨੌਜਵਾਨਾਂ 'ਚ ਅਸੀਂ ਸਿਰਫ ਕਿਤਾਬਾਂ ਵੇਚਦੇ ਹੀ ਨਹੀਂ, ਕਿਉਂਕਿ ਸਾਡਾ ਇਹ ਕੋਈ ਵਪਾਰ ਦਾ ਹੀ ਕੰਮ ਨਹੀਂ ਹੈਗਾ, ਸਾਡਾ ਕਿਸੇ ਨੂੰ ਮਿਸ਼ਨ ਦੀ ਤਰ੍ਹਾਂ ਅਸੀਂ ਲੈ ਕੇ ਚੱਲੇ ਹਾਂ ਕਿ ਨੌਜਵਾਨਾਂ ਨੂੰ ਜਿਹੜਾ ਹੈਗਾ ਕਿਤਾਬਾਂ ਦੇ ਨਾਲ, ਸਾਹਿਤ ਦੇ ਨਾਲ ਜੋੜਨਾ। ਇਸ ਕਰਕੇ ਅਸੀਂ ਉਹਨਾਂ ਨਾਲ ਕਿਤਾਬਾਂ ਬਾਰੇ ਗੱਲਾਂ ਕਰਦੇ ਹਾਂ, ਉਹਨਾਂ ਨੂੰ ਦੱਸਦੇ ਹਾਂ ਜਿਹੜੇ ਕਿਤਾਬਾਂ ਦੇ ਇਸ ਠੇਕੇ ਦੇ ਸੰਚਾਲਕਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਨੇ ਪੰਜਾਬ ਦੇ ਹਰ ਪਿੰਡ ਵਿੱਚ ਅਜਿਹਾ ਠੇਕਾ ਖੁੱਲ੍ਹੇ ਤਾਂ ਜੋ ਜਿਨ੍ਹਾਂ ਨੇ ਨਸ਼ਾ ਕਰਨਾ ਹੈ ਉਹ ਕਿਤਾਬਾਂ ਦਾ ਹੀ ਕਰਨ। ਸੱਚ ਕਹੋ ਲਈ ਬਠਿੰਡਾ ਤੋਂ ਸੁਖਜੀਤ ਮਾਨ।